اهدنا الصراط المستقيم صراط الذين انعمت عليهم غير المغضوب عليهم ولا الضالين بسم الله الرحمن الرحيم قل هو الله احد لفظ الصمد لم يلد ولم يولد ولم يكن له كفوا احد اللهم سخر لي قلوب كل مخلوقات يا توابا بحق يا شمس الى مقلبو يا مقلب القلوب يا والي خراسان نادركني ادركني ادركني في سبيل الله صل على محمد و آل محمد محبت بھری صلوات ਸ਼ਿਵਾ ਤਾਜਦਾਰ ਵਿਲਾਇਤ ਦਾ ਫਰਮਿੰਦੇ ਉਸ ਬੰਦੇ ਨੂੰ ਪੂਰੀ ਜ਼ਿੰਦਗੀ ਰਿਜ਼ਕ ਦੀ ਕਮੀ ਨਹੀਂ ਆ ਸਕਦੀ ਜਿਹੜਾ ਸਾਡੇ 14 ਤੇ ਖੁੱਲ੍ਹੇ ਦਿਲ ਨਾਲ ਦਰੂਦ ਭੇਜੇ ਨਾਰੇ ਤਕਬੀਰ ਕਾਫੀ ਮਜੇ ਮੈਂ ਸਾਰੇ ਬੋਲੋ ਨਾਰੇ ਤਕਬੀਰ ਨਾਰੇ ਰਿਸਾਲਤ ਨਾਰੇ ਹੈਦਰੀ ਇੰਜ ਨਹੀਂ ਜਾਂ ਖਾਈਓ ਦਗਾਈਏ ਹੱਥ ਬੁਲੰਦ ਹੋਵੇ ਬੋਲੋ ਹੈਦਰੀ ਹੁਸੈਨੀਅਤ ਯਜ਼ੀਦੀਅਤ ਆਲ ਮੁਹੰਮਦ ਦੇ ਦੁਸ਼ਮਣ ਤੇ ਲਾਨਤ ਸ਼ਿਮਰ ਮਲਾਉਣ ਤੇ ਲਾਨਤ ਕੁਨਫਜ਼ ਮਲਾਉਣ ਤੇ ਲਾਨਤ ਜਿਹੜੇ ਬੈਠੇ ਹੋ ਕੋਸ਼ਿਸ਼ ਕਰਕੇ ਇੱਕ ਸਲਵਾਤ ਇਤਨੀ ਬੁਲੰਦ ਪੜੋ 14 ਰਾਜ਼ੀ ਹੋ ਜਾਣ ਦੁਆ ਹੈ ਹੁਸੈਨ ਬਾਦਸ਼ਾਹ ਦਾ ਕਰੀਮ ਅੱਲਾਹ ਤੁਹਾਡਾ ਇਸ ਦਰਬਾਰੇ ਆਲੀਏ 'ਚ ਜ਼ਿਕਰ ਹੁਸੈਨ ਵਾਸਤੇ ਟੁਰ ਆਇਆ ਕਬੂਲ ਫਰਮਾਵੇ ਬਾਨੀ ਮਜਲਿਸ ਦੇ ਖਰਚ ਅਖਰਾਜਾਤ ਕਬੂਲ ਹੋਵੇ ਬਹੁਤ ਬੜੀ ਦੁਆ ਹੈ ਇਹਨਾਂ ਦਿਨਾਂ ਦੇ ਸਦਕੇ 'ਚ ਹਰ ਜ਼ਦਾਰ ਦੁਆ ਸ਼ਾਮਿਲ ਹੋਵੇ ਹੁਸੈਨ ਦੀ ਮਾਂ ਤੁਹਾਨੂੰ ਕਿਸੇ ਦਾ ਮੁਹਤਾਜ ਨਾ ਕਰੇ ਅੱਲਾਹ ਮੇਰਾ ਨਾਜ਼ੁਕ ਜਿਹਾ ਦੌਰ ਹੈ ਪੂਰਾ ਸ਼ੋਭ ਜ਼ਮਾਨਾ ਕਰੀਮ ਅੱਲਾਹ ਹਰ ਇੱਜ਼ਤਦਾਰ ਦੀ ਇੱਜ਼ਤ ਮਹਿਫੂਜ਼ ਫਰਮਾਵੇ ਬੇਨਿਆਜ਼ ਅੱਲਾਹ ਮੋਮਿਨ ਅਜ਼ਦਾਰਾਂ ਨੂੰ ਰਿਜ਼ਕ ਉਹ ਦੇਈ ਜਿਸ ਸੱਚ ਬੀਬੀ ਪਾਕ ਦੇ ਪੁੱਤਰਾਂ ਦਾ ਹਿੱਸਾ ਹੋ ਲੱਖਾਂ ਕਰੋੜਾਂ ਦੁਆਵਾਂ ਦੀ ਇੱਕੋ ਦੁਆ ਬੇਨਿਆਜ਼ ਅੱਲਾਹ ਸਾਡੇ ਬਾਰੇ ਮੇਂ ਹਾਦੀ ਦਾ ਜ਼ਹੂਰ ਜਲਦ ਫਰਮਾ ਮਕਾਮ ਉਸਕਾ ਕਲਮ ਕੀ ਨੋਕ ਸੇ ਲਿਖੂੰ ਤੋ ਕਿਆ ਲਿਖੂੰ ਸਾਰੇ ਦਿਨ ਦੀ ਮਜਲਿਸ ਹੈ ਮੌਲਾ ਦੇ ਸੋਹਣੇ ਸੋਹਣੇ ਅੱਛੇ ਅੱਛੇ ਮਦਾ ਖਾਨ ਪੜ੍ਹਦੇ ਸਾਰੇ ਜ਼ਾਕਰਾਂ ਤੋਂ ਛੋਟਾ ਜ਼ਾਕਰ ਆ ਕਦੀ ਵੀ ਕਿਸੇ ਜ਼ਾਕਰੀ ਦਾਅਵੇ ਦੇ ਤਹਿਤ ਗੱਲ ਨਹੀਂ ਕੀਤੀ ਲੇਕਿਨ ਮੈਂ ਜਨਾਬ ਦੇ ਦਰਮਿਆਨ ਢੇਰ ਸਾਰੀ ਡਿਊਟੀ ਨੌਕਰੀ ਕਰ ਚੁੱਕਿਆ ਮੈਂ ਜਨਾਬ ਦੇ ਮਿਜ਼ਾਜ ਦੀ ਇੱਕ ਸੱਤ ਰੱਖੂ ਜ਼ਰੂਰੀ ਨਹੀਂ ਹੁੰਦਾ ਹਰ ਬੰਦਾ ਹਰ ਗੱਲ 'ਤੇ ਬੋਲੇ ਬੰਦੇ ਨਹੀਂ ਵੀ ਬੋਲਦੇ ਨਹੀਂ ਵੀ ਸੁਣਦੇ ਜਿਸ ਬੰਦੇ ਨੂੰ ਅਦਬ ਦੀ ਜ਼ਾਕਰੀ ਨਾਲ ਮੁਹੱਬਤ ਹੈ ਮਕਾਮ ਉਸਕਾ ਕਲਮ ਕੀ ਨੋਕ ਸੇ ਲਿਖੂੰ ਤੋ ਕਿਆ ਲਿਖੂੰ ਜੋ ਬੇਟੀ ਹੋ ਕੇ ਆਪਣੇ ਬਾਪ ਕੀ ਨਜ਼ਰੋਂ ਮੇਂ ਮਾਦਰ ਥੀ ਸਦਕੇ ਭਾਈ ਜੀ ਸੈਯਦ ਹੈਦਰੀ ਸਾਰੇ ਦਿਨ ਦਾ ਥਕੇੜਾ ਇਹ ਤੁਹਾਡੇ ਨਾਲ ਵਾਅਦੇ ਮੈਂ ਮੁਕਰ ਦੇ ਵਿਹੜੇ ਵੇ ਸੀ ਅਗਰ ਤੁਸੀਂ ਬਹਿਲੋਲ ਮਿਜ਼ਾਜ ਬਣ ਕੇ ਮੇਰੀ ਚੌਥੀ ਸਤਰ ਸੁਣੀ ਬਾਤ ਨੂੰ ਤੋਲੀ ਫਿਰ ਬੋਲੀ ਜਬਰ ਮੇਰਾ ਨਹੀਂ ਹੈ ਆਖਰੀ ਬੰਦੇ ਤੱਕ ਤਵੱਜੋ ਦਾ ਤਾਲਿਬਾ ਫਿਰ ਸੁਣੋ ਮਕਾਮ ਉਸਕਾ ਕਲਮ ਕੀ ਨੋਕ ਸੇ ਲਿਖੂੰ ਤੋ ਕਿਆ ਲਿਖੂੰ ਜੋ ਬੇਟੀ ਹੋ ਕੇ ਆਪਣੇ ਬਾਪ ਕੀ ਨਜ਼ਰੋਂ ਮੇਂ ਮਾਦਰ ਥੀ ਤਵੱਜੋ ਪਿਆ ਤਾਂ ਸ਼ਬੇ ਮਹਿਰਾਜ ਖਾਲਿਕ ਨੇ ਜਿਸੇ ਪਰਦਾ ਬਣਾਇਆ ਥਾ ਨਬੀ ਕਹਤੇ ਹੈ ਵੋ ਪਰਦਾ ਮੇਰੀ ਬੇਟੀ ਕੀ ਜਾਦਤ ਥੀ ਸਦਕੇ ਦੀ ਸਦਕੇ ਜਿਹੜਾ ਬੋਲ ਸਕਦਾ ਹੈ ਹੈਦਰੀ ਮਸਲਾ ਵੀ ਖੈਰ ਨੇ ਮਾਂ ਪਿਓ ਨਸੀਬ ਹੋ ਜੀ ਮਾਂ ਵੀ ਸ਼ਬੀਰ ਦੇ ਬੋਲੇ ਕਰੋ ਹੈਦਰੀ ਨਬੀ ਕਹਤੇ ਹੈ ਸਦਕੇ ਜਾਵਾਂ ਨਸਲਾ ਦੀ ਖੈਰ ਨੇ ਪਾਕ ਮੁਹੰਮਦ ਦੀ ਧੀ ਤੁਹਾਡੇ ਤੇ ਰਾਜ਼ੀ ਹੋ ਨਬੀ ਕਹਤੇ ਹੈ ਵੋ ਪਰਦਾ ਕਰੋੜ ਵਾਰੀ ਸਲਾਮ ਹੈ ਉਸ ਮਾਤਮੀ ਦੇ ਹੱਥ ਨੂੰ ਜਿਸ ਦਾ ਹੱਥ ਔਖੀ ਸਤਰ ਤੇ ਬੁਲੰਦ ਹੋ ਅੱਜ ਕੱਲ੍ਹ ਇਹੋ ਜਿਹੀਆਂ ਗੱਲਾਂ ਕਰਦਾ ਵੀ ਕੋਈ ਨਹੀਂ ਤੇ ਸੁਣਦਾ ਵੀ ਕੋਈ ਨਹੀਂ ਨਬੀ ਕਹਤੇ ਹੈ ਵੋ ਪਰਦਾ ਮੇਰੀ ਬੇਟੀ ਕੀ ਚਾਦਰ ਥੀ
ਕੁਝ ਬੰਦੇ ਟਸ ਤਮਸ ਨਹੀਂ ਹੋਏ, ਆਓ ਮੈਂ ਦਲੀਲ ਨਾਲ ਪੜ੍ਹਨ ਦਾ ਆਦੀ ਹਾਂ। ਯਾਦ ਰੱਖੇ ਜ਼ਮਾਨਾ ਜਨਾਬ ਹਵਾ ਤੋਂ ਲੈ ਕੇ ਜਨਾਬ ਖਦੀਜਤੁਲ ਕੁਬਰਾ ਤੱਕ। ਬਾਬਾ ਜੀ, ਇਸ ਧਰਤੀ ਦੀ ਮਾਂ, ਇਸ ਧਰਤੀ ਦੀ ਹਰ ਮਾਂ ਸਿਰਫ ਆਪਣੀ ਔਲਾਦ ਵਾਸਤੇ ਮਾਂ ਹੈ। ਕਹਿਦਾ ਦੇ ਐ ਮਿਆਰ ਮੇਰੀ ਕੌਮ ਦਾ। ਮੈਂ ਫਿਰ ਅਰਜ਼ ਕਰ ਦੇਣਾ ਜੀ, ਜਨਾਬ ਹਵਾ ਤੋਂ ਲੈ ਕੇ ਜਨਾਬ ਖਦੀਜਤੁਲ ਕੁਬਰਾ ਤੱਕ ਇਸ ਧਰਤੀ ਦੀ ਹਰ ਮਾਂ ਸਿਰਫ ਆਪਣੀ ਔਲਾਦ ਵਾਸਤੇ ਮਾਂ ਹੈ। ਇਤਨਾ ਦਾਵੇ ਤੇ ਜੁਮਲਾ ਤੇਰੇ ਚ ਪੜਨ ਦਾ ਲੁਤਫ ਹੈ, ਮੈਨੂੰ ਚਾਹੁੰਦਾ ਦੀ ਕਚਹਿਰੀ ਦੀ ਕਸਮ, ਅੱਲਾਹ ਦੇ ਜਹਾਨ ਚ ਵਾਹਿਦ ਮਾਂ ਹੁਸੈਨ ਦੀ ਮਾਂ ਹੈ, ਜਿਹੜੀ ਆਪਣੇ ਯਾਰਾਂ ਪੁੱਤਰਾਂ ਦੀ ਵੀ ਮਾਂ ਹੈ, ਆਪਣੇ ਬਾਪ ਮੁਹੰਮਦ ਦੀ ਵੀ ਮਾਂ ਹੈ। ਸਦਕੇ ਜਾਵਾਂ ਜੀ, ਜਿਹੜਾ ਬੋਲ ਸਕਦਾ ਉਹ ਬੋਲੇ ਹੈਦਰੀ। ਆਏ ਹਾਏ, ਸਦਕੇ ਜੀ ਸਦਕੇ, ਨਸਲਾਂ ਦੀ ਖੈਰ ਹੋਣੀ। ਇਮਾਮ ਹੁਸੈਨ ਦਸਤਰ ਭਾਈ, ਕਿਆ ਬਾਤ ਹੈ! ਤੇਰੇ ਬੋਲਣ ਦੀ, ਤੇਰੇ ਮਾਹੌਲ ਬਣਾਉਣ ਦੀ ਕਿਆ ਬਾਤ ਹੈ! ਫਾਤਿਮਾ ਤੁਮ ਅਬੀਹਾ, ਫਾਤਿਮਾ ਆਪਣੇ ਬਾਪ ਮੁਹੰਮਦ ਕੀ। ਮੈਂ ਕੁਝ ਔਲਾਦ ਚ ਨਹੀਂ ਪਿਆ ਪੜਦਾ। ਔਰ ਯਾਦ ਰੱਖੋ ਈਮਾਨ ਵਾਲੇ, ਮੇਰੀ ਔਕਾਤ ਨਹੀਂ, ਮੈਂ ਉਮਤੀ ਜ਼ਾਕਿਰ ਹਾਂ। ਮੈਂ ਇਸ ਬੀਬੀ ਦੀ ਫਜ਼ੀਲਤ ਬਿਆਨ ਕਰਾਂ, ਮੇਰੇ ਕੋਲ ਲਫ਼ਜ਼ ਹੀ ਕੋਈ ਨਹੀਂ, ਮੇਰੀ ਤਾਕਤ ਨਹੀਂ, ਮੇਰੀ ਬਸਾਤ ਹੀ ਨਹੀਂ, ਮੇਰੀ ਇਤਨੀ ਹੈਸੀਅਤ ਨਹੀਂ। 14 ਦਾ ਦਰਬਾਰ ਹੈ, 14 ਦੀ ਕਚਹਿਰੀ ਹੈ, 14 ਮੌਜੂਦ ਹਨ। ਲੇਕਿਨ ਇੱਕ ਗੱਲ ਜ਼ਿਹਨ ਵਿੱਚ ਰੱਖਣਾ, ਮੁਹੰਮਦ ਦੀ ਧੀ ਦੀ ਫਜ਼ੀਲਤ ਪੜਨ ਵਾਸਤੇ ਕਮ ਅਜ਼ ਕਮ ਕੌਸਰ ਨਾਲ ਵਜ਼ੂ ਹੋਵੇ। ਜਿਹੜੇ ਬੰਦੇ ਮਰਜ਼ੀ ਦਾ ਲਾਕਰ ਸੁਣਨਾ ਹੋਵੇ, ਬੇਸ਼ੱਕ ਨਾ ਬੋਲੇ। ਜੀ 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 ਜੀ, ਕੌਸਰ ਨਾਲ ਵਜ਼ੂ ਹੋਵੇ, ਫਿਰ ਜ਼ੁਬਾਨ ਕਿਸੇ ਨਬੀ ਦੀ ਹੋਵੇ। ਨਬੀ ਵੀ ਆਮ ਨਬੀ ਨਹੀਂ, ਕਮ ਅਜ਼ ਕਮ ਜਵਾਨ ਨੂੰ ਮਯਾਰੇ ਹੈ ਮੁਹੰਮਦ ਮੁਸਤਫਾ ਜੈਸਾ ਨਬੀ। ਬੋਲੇ ਕਰੋ, ਨਸਲਾਂ ਦੀ ਖੈਰ ਉਹਨੇ। ਫਿਰ ਇਸ ਬੀਬੀ ਦੀ ਫਜ਼ੀਲਤ ਕੋਈ ਬੰਦਾ ਬਿਆਨ ਕਰ ਸਕਦਾ? ਕਾਇਨਾਤ ਕੋ ਸੈਦ ਮੇਰੇ ਹੱਥ 'ਤੇ ਰੱਖ ਦੇਵੇ, ਮੈਂ ਇਸ ਲਫ਼ਜ਼ ਤੋਂ ਬਾਹਰ ਦੇਵਾਂ। ਗੱਲ ਜਾਂਦੀ ਹੋਵੇ, ਉਹਦਾ ਨਾਂ ਲੈ ਕੇ ਕਰਨ 'ਚ ਇੱਜ਼ਤ ਹੁੰਦੀ ਹੈ, ਬਿਸਤੀ ਨਹੀਂ ਹੁੰਦੀ। ਕਰੋੜ ਬਰਫ ਜ਼ਿੰਦਗੀ ਹੋਵੇ, ਅਲਾਮਾ ਮੁਹੰਮਦ ਅੱਬਾਸ ਰਜ਼ਵੀ ਰਸੂਲ ਨਗਰ ਵਾਲੇ ਜੁਮਲਾ ਉਹਨਾਂ ਦਾ ਮੁਲਕ ਦੇ ਅਜ਼ਾਕਰਾ ਪੜ੍ਹੇ। ਇੱਜ਼ਤ ਬਤੂਲ ਦੀ ਕਸਮ, ਫਕੀਰ ਤੋਂ ਮੁਰੀਦ ਪੁੱਛੇ, ਬਾਬਾ ਜੀ ਮਕਾਮੇ ਜ਼ਹਰਾ ਦੱਸੋ। ਫਕੀਰ ਮੁਸਕੁਰਾ ਕੇ ਫਰਮਾਇਆ, ਹਾਂ ਬੇਟਾ, ਕਭੀ ਖੁਦਾ ਹੋਏ ਤੋ ਬਤਾਏਗੇ ਮਕਾਮੇ ਜ਼ਹਰਾ ਕਿਆ। ਬੋਲ ਬਈ ਬੋਲ, ਜਿਹੜਾ ਘਰੋਂ ਨਿਕਲੇ ਸੈਯਦ ਆਸ਼ਿਰ ਹੱਥ ਨਵਾਬ ਦੇ ਕਰਬਲਾ ਦੀ ਜ਼ਰੀ ਨਾਲ ਮਸ ਹੋਣ ਭਾਈ, ਜਿਹੜੇ ਹਾਜ਼ਰ ਬੈਠੇ ਹੋ ਮਜਲਿਸ ਚ, ਹੈ ਅਲੀ। ਭਾਈ ਕਿਆ ਬਾਤ ਹੈ, ਭਾਈ ਕਿਆ ਕਹਿੰਦੇ, ਹੱਥ ਨਟਬ ਦੇ ਵਾਲੀ ਦੀ ਜ਼ਰੀ ਨਾਲ ਮਸ ਹੋਣ ਭਾਈ, ਝੋਲੀ ਭਰ ਕੇ ਉੱਠੋ, ਕਭੀ ਖੁਦਾ ਹੋਏ ਤੋ। ਸਦਕੇ ਜਾਵਾਂ, ਨਸਲਾਂ ਦੀ ਖੈਰ ਹੋਣੀ ਜੀ, ਬਿਸਮਿਲਾ ਕਰੀਏ। ਤਵੱਜੋ ਹੈ ਮੇਰੀ ਗੁਜ਼ਾਰਿਸ਼ ਤੇ, ਬਿਸਮਿਲਾ ਕਰ ਸਕਦੇ। ਆਪਣੀ ਦਾਦੀ ਜ਼ਹਰਾ ਦੀ ਕੋਈ ਫਜ਼ੀਲਤ ਦੱਸੋ, ਉਹ ਸਜਦਾ ਉਸ ਫਿਰ ਸਵਾਲ ਕੀਤਾ, ਉਹਨਾਂ ਸਾਰੀ ਜ਼ਿੰਦਗੀ ਪੁੱਛਦਾ ਰਹੋ, ਸਾਡਾ ਹੱਕ ਹੈ ਜ਼ਹਰਾ ਦੀ ਦਾਦੀ ਤੇ ਸਜਦਾ। ਬਜ਼ੁਰਗ ਜਿਹੜੀ ਗੱਲ ਕੀਤੀ ਕਿਸੇ ਤੱਕ ਪਹੁੰਚੀ, ਬਈ ਗੁਜ਼ਾਰਿਸ਼ ਹੈ, ਬਈ ਹੈਸੀਅਤ ਚੁਕੇ ਇੱਕ ਤਾਲਬ ਇਲਮ ਦੀ ਹੈ। ਜ਼ਾਕਰੀ, ਮੈਂ ਪਹਿਲੇ ਗੁਜ਼ਾਰਿਸ਼ ਕੀਤੀ ਅਕੀਦਤ ਦੇ ਨਾਲ ਪੜਨ ਦਾ ਦੀਆਂ, ਜਿਹੜੀ ਗੱਲ ਉਹਨਾਂ ਕੀਤੀ ਹੈ ਕਈਆਂ ਤੱਕ ਪਹੁੰਚੀ ਹੈ, ਕਈਆਂ ਤੱਕ ਨਹੀਂ ਪਹੁੰਚੀ। ਬੰਦਾ ਜ਼ਿੰਦਾ ਹੋਇਆ ਤੇ ਘਰ ਤੱਕ ਬੋਲੇ ਸੀ, ਕਿਤਨੀ ਕੁ ਦਾਤ ਦਿਓ ਤੇ ਸਤਰ ਦੀ ਕੀਮਤ ਅਦਾ ਹੋਵੇ। ਮੈਂ ਮੁਲਕ 'ਚ ਬਾਬਾ ਜੀ ਸਤਰ ਪੜ੍ਹੀਏ, ਖੁਦਾ ਬਤੂਲ ਨਾ ਦੇਤਾ ਅਗਰ ਮੁਹੰਮਦ ਕੋ, ਕਸਮ ਖੁਦਾ ਕੀ ਖੁਦਾਈ ਅਧੂਰੀ ਰਹਿ ਜਾਂਦੀ। ਮਰਜ਼ੀ ਉਸ ਬੰਦੇ ਦੀ, ਜਿਹੜਾ ਹੈ ਵੀ ਜ਼ਿੰਦਾ ਤੇ ਹੱਥ ਨਹੀਂ ਪਹਿਚਾਣ ਸਕਦਾ, ਹੈ ਲੜੀ। ਨਸਲਾਂ ਦੀ ਖੈਰ ਹੋਈ, ਨਸਲਾਂ ਦੀ ਖੈਰ ਨੇ ਔਲਾਦੀ ਤੁਹਾਡੀ ਇਸ ਤਸਲਾਂ। ਭਾਈ ਕਿਆ ਬਾਤ ਹੈ, ਤੇਰੇ ਮਾਹੌਲ ਬਣਾ। ਆਏ ਹਾਏ, ਨੌਕਰ ਨੌਕਰ ਬਾਬਾ ਜੀ, ਖੁਦਾ ਬਤੂਲ ਨਾ ਦੇਤਾ ਅਗਰ ਮੁਹੰਮਦ ਕੋ, ਕਸਮ ਖੁਦਾ ਕੀ ਖੁਦਾਈ ਅਧੂਰੀ ਹੈ।
توجہ ہے میری گزارش تے میں بسم اللہ کراں قسم خدا کی نسلاں دی خیر ہونے میں تے دعا ہی دے کے جا سکدا قسم خدا کی خدا ہی میں بسم اللہ کراں اللہ تھنا آباد اللہ دی خالق البشر ہاں وہ اللہ دی خالق البشر من الباب فجا اللہ نسبا و سیبا یہ نسب جو ہے محمد و آل محمد کا یہ زہرا سے ہے زارا کے بیٹے امام ہے زارا کا باپ رسول ہے زارا کا شوہر ولی ہے یہ ہے نسب آل محمد کا جو ذکر نے کی کائنات ادھوری حقیقت ادھوری ہے سبحان اللہ نسلوں کی خیر ہونے لو جی زحمت تمام ہو گئی میں قصیدے تک آ گیا ایک لفظ چکے پاکاں دی دتی ہوئی خیرات ہے اس دے تحت میں ایک لفظ گھبرا تا نہیں گئے تسی اس دے تحت میں ایک لفظ بی بی دی فضیلت دا تھوڑی جھولی کائنات وچ اک کو امیر ہے جڑا شیعاں دا پیر ہے میں مقام سیدہ پہ پڑھدا بیٹھے ہو چلے گئے ہو مجلس دی زینت لوگ بیٹھے ہو ستر زمین تے نہ ٹر جاوے او بولے جاندا بولن علی دے باب نوں چنگا لگے او علی جڑا عزت دیندا ہے او علی جڑا پتر دیندا ہے او علی جڑا شہرت دیندا ہے او علی جڑا گھر دیندا ہے او علی جڑا ور دیندا ہے او علی جڑا بخت دیندا ہے او علی جڑا شفا دیندا ہے او علی جڑا انسان بنا دیندا ہے او علی جڑا ماواں دے شکماں اندر بچیاں نوں شکلاں دیندا ہے توجہ نہیں فرمائی کوئی بندے جڑا ایڈا تھکا بیٹھے ہو بندہ گھر کیوں نہیں چلا گیا عزت علی دی قسم او علی جڑا اللہ دے اس جہان وچ 18,000 عالمین وچ رزق تقسیم کردا ہے علی جیسا امام جوانو اللہ دے جہان وچ 18,000 عالمین وچ انہاں دی ضرورت دا رزق تقسیم کرن دے بعد واپس گھر آ کے جس بی بی اگے ہتھیلی پھیلا کے اپنی ضرورت دا رزق منگے او سمو زمانو بتوں گا او ہو 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 اے ہاتھ ماں اٹھاج نہ ہوئے اے ہاتھ اللہ دے جہان وچ کدی کسے کتے دا ماں اٹھاج نہ ہوئے جڑا سید آدی فضیلت تے بلند ہویا سارے بولو مل کے بولو اے نری اد کے جاواں نسلاں دی خیر ہو اس معزمہ بی بی نوں بسم اللہ کرم بابا اس معزمہ بی بی نے آیا ہے تارے حسنین دی ماں دے تیرے پر نہ میں دنیا تیرا کام ہو جا بسم اللہ قیمت دھوپ دے کر دھوپ نہ دادا دے قیمت رکھ کے چوریاں دی جڑی باندھی بسم اللہ اچھا بھائی گزارش یہ ہے بھی مجمع بہت زیادہ ہے تے اے نعرہ جڑا پہ مار دے ہو نا یہ کوئی گل نہیں بے شک آرام نال سنو میرے بارے تھن رہتے لو جی لمبی گفتگو نہ ہو جاوے چونکہ قصیدہ خانہ بی بی پاک دے حوالے نال قصیدہ پڑھیے میری پاک مجلس کا عنوان سن لو فضیلت میں سب سے جدا فاطمہ ہے حیرانوں کے ویکھی دنی ہے تے بولی کچھ لبنے میری پاک مجلس کا عنوان سن لو فضیلت میں سب سے جدا فاطمہ ہے میری پاک مجلس کا عنوان سن لو فضیلت میں سب سے جدا فاطمہ ہے میری پاک زیرک مجمع ذاکرگار حضرات بیٹھے ہو جی فضیلت میں سب سے جدا فاطمہ مجلس کا عنوان سن لو سننا جی اللہ واسطے جب سمجھ آوے فاطمہ ہے زمانہ خدا کی رضا ڈھونڈتا ہے مگر اس خدا کی رضا فاطمہ ہے منڈی والے پیچھے رہ گئے بندے ہاتھ بلند ہے نری کیا بات ہے بھائی کیا کہنے تھوڑا جہ آواز بدھاوی بھائی مہربانی کرے نسلانی خیروں نے جوانی مانو مولا دی عزت دی قسم ہے میں تے ہر ممبر تے اقرار کردا بھی جو بندے سن دے میرے کولو نہیں ہر بندے والا میٹیریل میں نہیں دے سکدا ذہن بلند کرنا جی اے جدا فاطمہ ہے رضا فاطمہ ہے
जितने मजलस च सैयद बैठे हो, मैं थोड़ा वकील बन के तारीख चो शेर पढ़ लगा। जिम्मेदार करना, जुदा फातिमा है, रजा फातिमा है। अगर हाजर बैठे हो ते अली इमरान दी गल नू जेने जगह दी वे, मैं गल कड़ी पिया दा जमाने ने सरवे कब ते कहा था तो कुरान फौरन नाज़िल हुआ था। जिस बंदे मर्जी नाल बोल रहे उस बंदे नू रहते है अली। सबके भाई आदत नहीं ना, जबरत नहीं ना, तो शिया ना आदत सच दे रही है। फिर दिल आखे ते बोली मैं गल खड़ी पिया दा जमाने ने सरवे को अब ते कहा था तो कुरान फारे नाजे हुआ था। तेरी ही बदौलत हुआ शाद सरवर मुकम्मल मुहम्मद को तूने किया था, मुकम्मल मुहम्मद को तूने किया जमाने में औलाद सरवर और उस नस्ल की इब्तदा फातिमा है। और मर्जी उस बंदे की निरा है जिन्ना ते हाथ नहीं जा सकिया है लड़ी। क्या बात है, आबाद रहो जी सबके। लाओ करा बाबा जी, मैं बिस्मिल्लाह करा जिंदे रहो। आओ मौला दी कसम है, ये ऐसियां सत्रह अनमोल सत्रह होंगी और उस नस्ल की इब्तदा। कई बंदियां नूं कुरान दी कसम है नहीं पता लगा मैं की पढ़े है। इब्तदा फातिमा है, रजा फातिमा है, इब्तदा फातिमा है, जुदा फातिमा है। हदीस किसा हर घर च मौजूद है। हदीस किसा दे अंदर क्या है, इस सफे तो इस सफे तक इसका मफहूम, इसका तर्जमा हर की रखना है। उस बंदे मेरा जिहड़ा होवे अली दा शिया ते फज़ाइले सैयदा सुन के जुबान नूं बोलण दी ज़हमत ना दे। जींदे रहो। इब्तदा फातिमा है, रजा फातिमा है, जुदा फातिमा है। आओ मैं पढ़ना क्या चाहना, हदीसे किसा दे अंदर क्या है, हदीसे किसा है क्या हकीकत है। सारे छोटे बच्चे भी शिया ने जाना है। हुण बाबा जी शेर दा लुत्फ रहने कदीमी अज़दार बैठे हो, मैं पढ़ना क्या चाहना, कौन सैयदा पिया दा जमाने पे सबके भाई, सबके भाई रायत नहीं इंसाफ करे पिया दा जमाने पे एहसान है मुस्तफा के तो सरवे पे एहसान है किबरिया के। मुहम्मद ने ज़हरा से मांगी है चादर, मुतालिब समझ लो हदीस है किसा के, मुतालिब समझ लो हदीस है किसा मोहम्मद के हाथों में सबकी शिफा है। मोहम्मद की लेकिन शिफा फातिमा है। शाबाश भाई मातमिया ने शाबाश जी सबके। बैठे हो जी तो तबीयत लगी थोड़ी, अल्लाह थोड़ी इज्जत सलामत रखे, अल्लाह थोड़े गुलशन च बहार रखे। हक अदा कीता ने सुनने वाला सत्र एक, मैं दो चार दिन तो एक नवी पढ़ता पिया पंजाबी दा कसीदा, तबीयत हो पढ़िए। नबियां दी मेहनत कदी रंग न लैंदी, मेहनत
چیتی بندے ہو ڈیرے دار لوگ ہو میری ذاتی جس کو سوکھی گل کوئی نہیں اور اس انداز کا لکھن کی کوشش کیتی ہے بھائی سائی منظور صاحب کی قلم کی جھلک نظر آتی ہے جیڈا سوکھا ہونا ساری زندگی سنایا ہے محنت کدی رنگ نہ لاندی میرے پیشوا دا جے کر اتارا نہ ہوندا پردیسانی میں ہن پڑھوں دورے حاضر دے بہت بڑے ذاکر قصیدے دے حوالے نال بہت بڑا نام میرے پیارے بھائی جناب قاضی وسیم عباس صاحب آؤ بسم اللہ اجازت جی غازی اس طرح دے وے ہاتھ بلند کرو حیدری قاضی صاحب دے ایک اپنا رنگ ہے ایک اپنی پہچان ہے تے چونکہ میرا تعلق شیخ ابو نال میرے ہاتھ چ ولائے علی دا جام ہے تے منڈی والے اگر بہلول مزاج بن کے پہ سن دیو تو میں چھلکا دینا بھائی دین میدار کرنا میں سوکھی گل پہ کرتا جی میرے پیشوا دا جے کر اتارا نہ ہوندا بندہ زندہ ہویا تے بولے سی دوسرے بندے نو ڈر کوئی نہیں اس بندے نو سلام ہے گل پوری کرنی جانا اے نبیاں دی محنت کدی رنگ نہ لاندی اے نبیاں دی محنت کدی رنگ نہ لاندی میرے پیشوا دا جے کر خدا کون ہے اس گل دا نتارا نہ ہوتا صدقے بھائی صدقے بھائی بولو جنے اندر علی آسمانی نارا طاقت صرف کر کے حیدری سارے مرضی ذمہ دار کرو پیا دا علی جے نہ آندے مشکل بات تو نہیں نہ کیتی بابا پتر کی زندگی ہوئی جی میرا بھائی بھائی کیا بات ہے جڑے پیچھے رہ گئے نال شامل کرو تے بولو حیدری اچھا ہوں جس میں آرت پہ سن دیو میں وضاحت والے پاس نہ ہی جاواں کافی ہے سناواں جی میں پڑھنا کیا چاہنا بہت سونا پہ سن دیو میں مطمئن ہو گیا اس واسطے میں تشریح نہیں کرتا اے اتارا نہ ہوندا نتارا نہ ہوندا اے یو دربار ہے جتھے بولیے تے جھولی بھر دی جی 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 کوئی پڑے بولے کرو اپنے واسطے توجہ ہے عبادت ہے ذمہ دار کرنا بھائی صاحب دی تے جام میں بات کر کے جا رہے ہیں ہر بزرگ نو ہر بھائی نو سمجھ آوے پاکاں دے منبر تے کھلو کے ایڈے وڈے اجتماع وچ میں گل کڑی پیا دا اے بن را خدا دا بن رے محمد دے گھر دے تے مو بند انہاں دا آ کے اے آیت نہ کر دی اے داد جس بندے دا ہاتھ بغیر تشریح دے اٹھے نا
ਐਦਾ ਦੇ ਸ਼ਾਬਾਸ਼ ਜਿਹੜੇ ਮਾਤਮੀ ਬੋਲ ਰਹੇ ਹੋ ਪੁੱਤਰ ਜੀ ਮੈਂ ਤੁਹਾਡੇ ਬਾਈ ਹੱਥ ਬੁਲਾਉਂਦਾ ਹੈਦਰੀ ਸਿਰ ਮੇਰੇ ਪਾਸ ਰਹੇ ਬੰਦਰਾ ਖੁਦਾ ਦਾ ਬੰਦਰੇ ਮੁਹੰਮਦ ਜੇ ਕਰਦੇ ਨਸਲਾਂ ਦੀ ਖੈਰ ਉਹਨੇ ਪਾਕ ਮੁਹੰਮਦ ਦੀ ਧੀ ਫੜ ਕੇ ਰਾਜ਼ੀ ਹੋਵੇ ਜਿਹੜਾ ਬੋਲ ਸਕਦਾ ਹੈਦਰੀ ਕਿਉਂ ਜੀ ਕੋ ਲੁਤਫ ਹੈ ਮੇਰੀ ਬਾਤ ਦਾ ਰਹਿਮਤ ਤਮਾਮ ਹੋ ਗਈ ਮੈਂ ਬਹੁਤ ਜਲਦੀ ਭਾਈ ਦੇ ਹਵਾਲੇ ਮਿੰਬਰ ਕਰਨ ਲੱਗਾ ਜੀ ਜ਼ੇਮ ਬੁਲੰਦ ਕਰਨਾ ਸਿਤਾਰਾ ਨਾ ਹੁੰਦਾ ਨਤਾਰਾ ਨਾ ਹੁੰਦਾ ਉਤਾਰਾ ਨਾ ਹੁੰਦਾ ਆਓ ਇੱਕ ਹੋਰ ਕਾਫੀਆ ਸੁਣਾਉਣ ਲੱਗਾ ਔਰ ਮੇਰੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕੋਈ ਨਾ ਕੋਈ ਐਸਾ ਤਖੈਲ ਐਸੀ ਬਾਤ ਮਿੰਬਰ 'ਤੇ ਹੋਵੇ ਜਿਹੜੀ ਬਿਲਕੁਲ ਨਵੇਕਲੀ ਅਤੇ ਵੱਖਰੀ ਜੀ ਹੈ ਤਾਰੀਖ ਅਲੀ ਅਲੈਹਿ ਸਲਾਮ ਫਰਮਿੰਦਨ ਮੈਂ ਉਹ ਅਲੀ ਹਾਂ ਜੈ ਸਾਰੀ ਜ਼ਿੰਦਗੀ ਆਪਣੇ ਵੀਰ ਮੁਹੰਮਦ ਦੀ ਇਤਾਤ ਕੀਤੀ ਅਤੇ ਮੈਂ ਹੀ ਉਹ ਅਲੀ ਹਾਂ ਜਿਹਦੀ ਜ਼ਿੰਦਗੀ 'ਚ ਨਮਾਜ਼ ਕਜ਼ਾ ਕੋਈ ਤਵੱਜੋ ਹੈ ਲਓ ਜੀ ਹੁਣ ਗੱਲ ਦਾ ਲੁਤਫ ਲੈਣਾ ਅਲੀ ਅਲੈਹਿ ਸਲਾਮ ਦੀ ਗੋਦ 'ਚ ਮੁਹੰਮਦ ਮੁਸਤਫਾ ਦਾ ਸਾਰੇ ਨਮਾਜ਼ ਅਸਰ ਦਾ ਵਕਤ ਕਰੀਬ ਹੈ ਗੱਲ ਜ਼ਿਹਨ 'ਚ ਵਿਸਰ ਗਈ ਤੁਹਾਡੇ ਅਲੀ ਫਰਮਿੰਦਰ ਮੈਂ ਸਾਰੀ ਜ਼ਿੰਦਗੀ ਆਪਣੇ ਵੀਰ ਮੁਹੰਮਦ ਦੀ ਇਤਾਤ ਕੀਤੀ ਹੈ ਅਤੇ ਮੈਂ ਅਲੀ ਦੀ ਨਮਾਜ਼ ਕਜ਼ਾ ਕੋਈ ਨਹੀਂ ਕੋਲ ਰਹਿਣ ਵਾਲਾ ਬੰਦਾ ਜੇ ਖਿਲਾਫ ਹੋਵੇ ਜਿਹੜਾ ਹਰ ਵੇਲੇ ਨਾਲ ਹੋਵੇ ਉਹ ਅਗਰ ਖਿਲਾਫ ਹੋਵੇ ਤਾਂ ਉਹ ਜ਼ਿਆਦਾ ਸਗਲੈਨ ਖਤਰਨਾਕ ਹੁੰਦਾ ਬਈ ਕਿਆ ਬਾਤ ਹੈ ਤੇਰੇ ਮਾਹੌਲ ਬਣਾਉਣ ਦੀ ਬਹੁਤ ਕੋਸ਼ਿਸ਼ ਕੀਤੀ ਹੈ ਬਈ ਸਾਦੀ ਬਾਤ ਕਰਾਂ ਜਿਤਨੀ ਦਾਤ ਦਿਓਗੇ ਥੋੜ੍ਹੀ ਸਿਤਾਰਾ ਨਾ ਹੁੰਦਾ ਨਤਾਰਾ ਨਾ ਹੁੰਦਾ ਉਤਾਰਾ ਨਾ ਹੁੰਦਾ ਬੰਦੇ ਦੀ ਨਬਜ਼ ਚਲਦੀ ਹੋਈ ਘਰ ਤੱਕ ਦੁਆ ਕਰੇ ਸੀ ਵਾਅਦਾ ਹੋ ਗਿਆ ਪਾਕਾਂ ਦੇ ਮੈਂਬਰ 'ਤੇ ਖਲੋਤਾ ਹੈਸੀਅਤ ਇੱਕ ਤਾਲਬ ਇਲਮ ਦੀ ਹੈ ਸਾਰੇ ਜ਼ਾਕਰਾਂ ਤੋਂ ਛੋਟਾ ਜ਼ਾਕਰਾ ਹਰ ਜ਼ਾਕਰ ਵਾਸਤੇ ਦੁਆ ਗੋ ਹਾਂ ਅੱਲਾ ਸਾਰਿਆਂ ਨੂੰ ਆਪਣੀ ਪਨਾਹ 'ਚ ਰੱਖੇ ਦਿਲ ਆਖੇ ਤੇ ਬੋਲੀ ਮਗਰ ਮੈਂ ਰਾਜ਼ੀ ਹਾਂ ਇਹ ਮੰਜ਼ਰ ਡਿੱਠਾ ਇਹਨਾਂ ਮੁਖਾਲਫਾਂ ਉਹਨਾਂ ਬੁਲਾਇਆ ਉਹਨਾਂ ਕਹੋ ਤੂੰ ਵੀ ਆ ਤੂੰ ਵੀ ਆ ਤੂੰ ਆ ਜਲਦੀ ਆਓ ਉਹ ਮੰਜ਼ਰ ਬਣ ਗਿਆ ਜੀ ਮੌਕਾ ਲੱਭ ਗਿਆ ਜੀ ਅਲੀ ਦੀ ਗੋਦ 'ਚ ਮੁਹੰਮਦ ਦਾ ਸਾਰੇ ਨਮਾਜ਼ ਅਸਰ ਦਾ ਵਕਤ ਕਰੀਬ ਹੈ ਅਗਰ ਅਲੀ ਮੁਹੰਮਦ ਨੂੰ ਉਠਾਵੇ ਇਤਾਤ ਗਈ ਕਿਤੇ ਟੁਰ ਗਏ ਮੰਡੀ ਵਾਲੇ ਕਿਤੇ ਟੁਰ ਗਏ ਹੋ ਅਗਰ ਅਲੀ ਮੁਹੰਮਦ ਨੂੰ ਉਠਾ ਦੇਵੇ ਨਮਾਜ਼ ਵਾਸਤੇ ਬਾਬਾ ਜੀ ਹੁਣ ਤਾਇਦ ਕਰੋ ਨਾ ਅਗਰ ਨਮਾਜ਼ ਵਾਸਤੇ ਅਲੀ ਮੁਹੰਮਦ ਨੂੰ ਉਠਾ ਦੇਵੇ ਇਤਾਤ ਗਈ ਅਤੇ ਅਗਰ ਸੋਚੇ ਬਈ ਮੁਹੰਮਦ ਦੇ ਆਰਾਮ 'ਚ ਖਲ ਨਾ ਆਵੇ ਨਮਾਜ਼ ਕਜ਼ਾ ਅੱਜ ਅਲੀ ਦੋਵਾਂ ਸੂਰਤਾਂ 'ਚ ਇਹਨਾਂ ਦੋਵਾਂ 'ਚ ਕੋਈ ਇੱਕ ਕੰਮ 'ਤੇ ਹੋਣ ਲੱਗੇ ਜ਼ੇ ਬੁਲੰਦ ਕਰਨਾ ਜਿਹੜਾ ਜ਼ਿੰਦਗੀ 'ਚ ਨਹੀਂ ਬੋਲਿਆ ਉਹ ਬੰਦਾ ਸਰ 'ਚ ਆਵੇ ਮੈਨੂੰ ਇੱਜ਼ਤ ਬਤੂਲ ਦੀ ਕਸਮ ਇਹ ਮੰਜ਼ਰ ਕਹਿਣ ਡਿੱਠਾ ਤੇਰੇ ਮੇਰੇ ਪੀਰ ਭਾਈ ਉਸ ਸੂਰਜ ਵੀ ਡਿੱਠਾ ਇਹਨਾਂ ਮੁਨਾਫਕਾਂ ਨੂੰ ਮੁਖਾਤਬ ਹੋ ਕੇ ਮੰਡੀ ਗਿਰ ਤੋਂ ਪੇਸ਼ ਆ ਲਿਓ ਸੂਰਜ ਜਲਾਲ 'ਚ ਆ ਕੇ ਗੱਲ ਕਿਹੜੀ ਆ ਦੇ ਮੁਨਾਫਿਕ ਬੋਲ ਬਈ ਬੋਲ ਜਿਹੜਾ ਬੰਦਾ ਤਾਈ ਵਿੱਚ ਬੋਲ ਸਕਦੇ ਸਮਝ ਆਈਏ ਹੱਥ ਬੁਲੰਦ ਕਰੋਗੇ ਥੋੜੇ ਬੰਦੇ ਬੋਲੋ ਹੈਦਰੀ ਸਦਕੇ ਜਾਵਾਂ ਸਦਕੇ ਜਾਣਾ ਗੱਲ ਗੱਲ ਦਾ ਲੁਤਫ ਲਵੀ ਅੱਲਾ ਵਾਸਤੇ ਸੂਰਜ ਆਵਾਜ਼ ਦੇਖੇ ਗੱਲ ਖੜੀ ਆ ਦੇ ਮੁਨਾਫਿਕ ਕਾਂਤ ਕਸਮੇ ਕਦੀ ਫਿਰ ਨਾ ਆਂਦਾ ਮਸਲ
कसमे कदी फिर ना आंदा नबी ते फिरादा अज जे इशारा ना हो बाड़ा मारे मुसलमान मोहम्मदी सच्ची दीन शाम होंगी है हुसैन दाकिरा चौदह दवार तेरा मेहमान दुआ करके जा रहा हुसैन द करीम अल्लाह तेनू उतनी देर तक मौत ना देवे जब तक तू मावा बहना धियां बच्चा नू लार रला के ओ जा ना वंज वेखे जिथे मुहम्मद दी धी दी कच्ची कबर है और रोंदे जंद नुकसान होवे ज्यादा नहीं दो वैन में पढ़ने काजी नसीम साहब मैं भाई हो वड्डे हो मैं मुल्क चिक सत्र पढ़ी है एक बीबी दे दुख पढ़न की कोशिश की है जेडे कदीमी अजादार बाबा जी बैठे हो इस बीबी दे दुख मिंबर ते बहुत थोड़े पड़े गए ये बीबी कौन है दो वैन मैं सलाम करे जेडे नीत के आए उन्होंने कदा ना उसी अदपिया होंदे मां ते धी दा दुख सांझा औखी दुआ भी तो ज़हन च रखी कबूल मिलने से नौकर बाबा जी अच्छा कैफियत बना के सुन सुना जेड़े धियां दे पियो तो थोड़ी बेसाखता है नहीं बस अदबियां होंदे मां ते दीदा दुख सांझा मालूम है कुल दुनिया को धी पियो को दुख इंज नहीं दसदी जिवें दसदी है अपनी अपनी मां को केड़ा शी है जेड़ा इस टाइम गरीबा दी गुरबत ते हाय न करे बीबी कौन है भाई ये बीबी कौन है उन्हें ते गाल दिया बकिए वो शाम दी मलका देखे पैगाम हवा को ते रोके आ दिए अम्मा नहीं भूलदा जिवें दफन कीता है असा हलब दे विच लैला को पत्थर दे करबला जी नौकर हाथ में जोड़ो बाबा जी नौकर तेरिया दहिया ने परदे गल दिए वो शाम दी मलका देखे पैगाम हवा को ते रोके आ दिए अम्मा नहीं भूलदा दफन कीता है असा हलब दे विच लैला मैं अकबर दी मां दे दो दुख पढ़ने चाहना सदके जावा सदके जावा जाइयां दे काजो नहीं भाई हवा लांदा है अम्मा नहीं भूलदा जिवें दफन कीता है असा हलब दे विच लैला कल मुक गई मजलिस लाहौर चूंग से लफ्ज़ जेड़ा मैं पढ़ के सलाम किया देना
ستر میں سمجھ آ لئی تیری زندگی کا روگ بن جا سی جڑے نیت کہے انہاں دی قضا نہ ہو سی مینو کربلا او دے غریب دے سجدے دی قسم منڈی دے غیرت منداں سارے جان دیو علی اصغر تے علی اکبر دے نانکے حل وچ جس بندے دی اپنی دھیے ہوئی نہیں سکدا بندہ بیوا سماتم نہ کرے حلف تا چاہو کہ اللہ جانے کیڑا منظر اٹھے اکبر دی ماں لیلا جتنے دھیاں دے پیو بیچو جنہ ماتم کرنے میں وین پڑھدا رانا توڑ تھی جتنی مسکین ہوئے جتھے دنیا تے ازما کے کدی پے کے گھر وچ نہیں آندی او میلے کپڑے ہاتھ نال تے سینے تے ضرور آوے او دھیاں دے بچی قبر تک رون واسطے سطر کافی منڈی دے عظیم اداروں اگلی غربت والی گل کیڑی ہے بیبی آدی میں پہلی دھی اکبر مرا کے حل بھائی اولاد دے ماں میرا چاچا کھلو دے یار غریب دی غربت تے ماتم کرنا سوال ہے تیری اندھیاں دے کچوں دی میں سن کے جاواں منبر دی حوصلے دے نال ایک وین مینوں پڑھن دی ہے روکے تے برداشت نہیں کرنا ذکر دی عزت دی قسم اے منڈی والے زمین ہلیا آسمان ہلیا سیل فضا دی آواز آندی ہے لیلا کیوں روندی مٹی تے متھا مار کے آندی اما روندی ہے اس واسطے آو چاچا ہے میں اجڑی دا جڑا لنگ گیا نوکر نال تھوڑے کونی کشش نے تنگ کیتا ہے میں نہیں بولی پھر آواز دے ماں میرا چاچا پیا لنگ دے